ਸੁਖਬੀਰ ਮਜੀਠੀਆ ਨੇ ਅਕਾਲੀ ਦਲ ਨੂੰ ਕੀਤਾ ਬਰਬਾਦ। ਜਗਰੂਪ ਸੇਖਵਾਂ ਸ਼੍ਰੋਮਣੀ ਅਕਾਲੀ ਦਲ 'ਚੋਂ ਬਰਖਾਸਤ ਕੀਤੇ ਗਏ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਅਤੇ ਅਕਾਲੀ ਦਲ ਯੂਥ ਵਿੰਗ ਕੋਰ ਕਮੇਟੀ ਦੇ ਸਾਬਕਾ ਮੈਂਬਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਲੇਹਲ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਜੋੜੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਟਕਸਾਲੀ ਆਗੂਆਂ ਨੇ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਹੈ। ਪਰ ਕੋਈ ਜ਼ੁਰਤ ਨਹੀਂ ਕਰ ਸਕਦਾ। ਇਹ ਮਹਾਰਾਜ ਨੇ ਸਿਰ 'ਤੇ ਹੱਥ ਰੱਖਿਆ, ਨਾਲੇ ਜਿਹੜੀ ਇਹ ਮਾਝੇ ਦੀ ਧਰਤੀ ਆ। ਜੇ ਅਸੀਂ ਪੁਰਾਣੇ ਵੇਲੇ 'ਚ ਚੱਲ ਜਾਈਏ ਤਾਂ ਜਦੋਂ ਮੁਹੰਮਦ ਗੌਰੀ ਅਤੇ ਅਹਿਮਦ ਸਾਹਿਬ ਅਬਦਾਲੀ, ਮੁਹੰਮਦ ਗਜਨਬੀ, ਇਹ ਸਾਰੇ ਜਦੋਂ ਹਿੰਦੁਸਤਾਨ ਸਾਰਾ ਲੁੱਟ ਕੇ ਖੜਦੇ ਸੀ, ਸਾਡੀਆਂ ਧੀਆਂ ਭੈਣਾਂ ਨੂੰ ਵੀ ਨਾਲ ਖੜਦੇ ਸੀ, ਤਾਂ ਕੌਣ ਰੋਕਦਾ ਸੀ ਸਾਰੇ ਹਿੰਦੁਸਤਾਨ 'ਚ? ਇਹ ਮਾਝੇ ਦੀ ਧਰਤੀ 'ਤੇ ਰੁਕਦੇ। ਤੇ ਹੁਣ ਵੀ ਜੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨੀ ਆ ਤੇ ਉਹ ਕੋਈ ਵੀ ਚੇਂਜ ਆਉਣਾ, ਕੋਈ ਵੀ ਰੈਵੋਲਿਊਸ਼ਨ ਆਉਣਾ, ਉਹ ਮਾਝੇ ਦੀ ਧਰਤੀ ਤੋਂ ਆਉਣਾ। ਕਿਉਂਕਿ ਜਿਹੜੇ ਮਾਝੇ ਦੇ ਲੋਕ ਨੇ ਅਣਖੀ ਲੋਕ ਨੇ, ਸਾਡੇ ਖੂਨ 'ਚ ਅਣਖ ਭਰੀ ਆ, ਕੁੱਟ ਕੁੱਟ ਕੇ ਭਰੀ ਆ। ਆਹ ਗੁਰਦਾਸ ਨਗਰ ਦੀ ਧਰਤੀ ਆ, ਜਿੱਥੇ ਜਿਹੜੇ ਆਪਣੇ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਏ, ਇੱਥੋਂ ਉਹਨਾਂ ਨੂੰ ਫੜਿਆ ਗਿਆ। ਉਹਨਾਂ ਨਾਲ 740 ਸਿੰਘ ਇੱਥੋਂ ਫੜੇ ਗਏ ਆ, ਉਹਨਾਂ ਨੂੰ ਦਿੱਲੀ ਜਾ ਕੇ ਸ਼ਹੀਦ ਕੀਤਾ, ਤੇ 740 ਚੋਂ 740 ਸਿੰਘਾਂ ਨੇ ਸ਼ਹਾਦਤ ਦਿੱਤੀ, ਪਰ ਇਹ ਨਹੀਂ ਸੀ ਮੰਨੀ, ਮੁਸਲਮਾਨ ਨਹੀਂ ਸੀ ਬਣੇ। ਤੁਹਾਡੀ ਇਹ ਉਹ ਧਰਤੀ ਆ, ਤੇ ਜੇ ਕਾਹਨੂੰ ਆਣ ਕੇ ਚੱਲ ਜਾਈਏ ਤੇ 11,000 ਸਿੰਘ ਉੱਥੇ ਕਾਹਨੂੰ ਆਣ ਦੀ ਧਰਤੀ ਤੇ ਛੋਟਾ ਘੱਲੂਘਾਰਾ ਸਾਹਿਬ ਦੇ ਵਾਕਿਆ ਸ਼ਹੀਦ ਹੋਇਆ। ਇਹ ਸਾਡੀ ਉਹ ਧਰਤੀ ਆ, ਸਾਡੇ ਜੀਨ ਜ਼ੋਨ ਹੈ, ਸਾਡਾ ਖੂਨ ਜਿਹੜਾ ਰਗਾਂ 'ਚ ਆ ਉਹ ਇਹੋ ਜਿਹਾ ਖੂਨ ਆ ਜਿਹੜਾ ਅਣਖ ਵਾਲਾ, ਗੈਰਤ ਵਾਲਾ। ਅਸੀਂ ਆਪਣੀ ਜਾਨ ਦੀ ਤਾਂ ਕੁਰਬਾਨੀ ਦੇ ਸਕਦੇ ਹਾਂ, ਪਰ ਆਪਣੀ ਅਣਖ ਨਹੀਂ ਛੱਡ ਸਕਦੇ। ਸੋ ਇਸ ਕਰਕੇ ਜੋ ਪੁਰਾਣੇ ਅਕਾਲੀ ਦਲ 'ਚ ਨਿਘਾਰ ਆਇਆ, ਉਹਦੇ ਕਰਕੇ ਸੇਖਵਾਂ ਸਾਹਿਬ ਨੇ ਅਤੇ ਉਹਨਾਂ ਦੇ ਜਿਹੜੇ ਸੀਨੀਅਰ ਸਾਥੀ ਨੇ, ਉਹਨਾਂ ਨੇ ਇਹ ਫੈਸਲਾ ਲਿਆ। ਕਿਉਂਕਿ ਜੇ ਅਸੀਂ ਅਕਾਲੀ ਦਲ ਨੂੰ ਆਪਣੀ ਮਾਂ ਗਿਣਦੇ ਹਾਂ ਤਾਂ ਬੀਬੀਆਂ ਵੀ ਬੈਠੀਆਂ, ਅਤੇ ਜੇ ਮਾਂ ਦੇ ਚਰਿੱਤਰ 'ਤੇ ਦਾਗ ਲੱਗਣ ਤਾਂ ਤੁਸੀਂ ਬਰਦਾਸ਼ਤ ਕਰ ਸਕਦੇ? ਕੋਈ ਬੰਦਾ ਆਪਣੀ ਮਾਤਾ ਦੇ ਚਰਿੱਤਰ 'ਤੇ ਦਾਗ ਬਰਦਾਸ਼ਤ ਨਹੀਂ ਕਰ ਸਕਦਾ, ਪਰ ਇਹ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਚਰਿੱਤਰ 'ਤੇ ਦਾਗ ਲੱਗੇ। ਸ਼੍ਰੋਮਣੀ ਅਕਾਲੀ ਦਲ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਸੀ, ਸਾਰੇ ਸੰਸਾਰ 'ਚ ਇਸ ਪਾਰਟੀ ਦਾ ਨਾਂ ਹੀ ਅੱਜ ਸਾਨੂੰ ਲੋਕ ਮਜ਼ਾਕ ਕਰਦੇ ਆ, ਉਹ ਅਕਾਲੀ ਦਲ ਵਾਲੇ ਆ ਗਏ ਆ। ਇਹੋ ਜਿਹਾ ਬਦਨਾਮ ਸਾਨੂੰ ਇਹਨਾਂ ਨੇ ਕਰਕੇ ਰੱਖ ਦਿੱਤਾ ਕਿ ਅਸੀਂ ਲੋਕਾਂ 'ਚ ਜਾਣ ਜੋਗੇ ਨਹੀਂ ਰਹੇ।